ਤਸਵੀਰਾਂ ਉਸ ਸਰਕਾਰੀ ਸਕੂਲ ਦੀਆਂ ਨੇ ਜਿੱਥੇ ਇੱਕ ਵੀ ਵੋਟਰ ਵੋਟ ਪਾਉਣ ਦੇ ਲਈ ਨਹੀਂ ਆਇਆ। ਪੰਜ ਪਿੰਡਾਂ ਦੇ ਵੱਲੋਂ ਇਹਨਾਂ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਤੇ ਆਪਣੇ ਧਰਨੇ ਤੇ ਬੈਠੇ ਹੋਏ ਨੇ। ਹਾਲਾਂਕਿ ਤਹਿਸੀਲਦਾਰ ਦੇ ਵੱਲੋਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਆਪਣੀ ਅੜੀ ਤੇ ਅੜੇ ਹੋਏ ਨੇ। ਦਰਅਸਲ ਇਹਨਾਂ ਦੇ ਨੇੜੇ ਇੱਕ ਬਾਇਓਗੈਸ ਫੈਕਟਰੀ ਹੈ ਜਿਸ ਨੂੰ ਬੰਦ ਕਰਵਾਉਣ ਦੇ ਲਈ ਇਹਨਾਂ ਦੀ ਮੰਗ ਪਿਛਲੇ ਕਾਫੀ ਮਹੀਨਿਆਂ ਤੋਂ ਚੱਲ ਰਹੀ ਹੈ। ਤਾਂ ਇਹਨਾਂ ਲੋਕਾਂ ਦੇ ਵੱਲੋਂ ਪੰਜ ਪਿੰਡਾਂ ਦੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ, ਕਿਸੇ ਵੀ ਹਾਲਤ ਵਿੱਚ ਸਰਕਾਰੀ ਸਕੂਲ ਦੇ ਵਿੱਚ ਵੋਟ ਪਾਉਣ ਨਹੀਂ ਗਏ। ਤਾਂ ਖੰਨਾ ਦੇ ਆਸ ਪਾਸ ਦੇ ਇਹ ਪਿੰਡ ਨੇ, ਘੁੰਗਰਾਲੀ, ਰਾਜਪੂਤਾਂ ਸਣੇ ਹੋਰ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਦੇ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਹੋਇਆ। ਖੰਨਾ ਦੇ ਇਹ ਪੰਜ ਪਿੰਡ ਦੱਸੇ ਜਾ ਰਹੇ ਨੇ। ਸੋ ਇਹਨਾਂ ਦੀ ਮੰਗ ਹੈ ਕਿ ਪਹਿਲਾਂ ਗੈਸ ਫੈਕਟਰੀ ਨੂੰ ਬੰਦ ਕੀਤਾ ਜਾਵੇ, ਉਸ ਤੋਂ ਬਾਅਦ ਇਹ ਆਪਣੇ ਮਤ ਦਾ ਦਾਨ ਕਰਨਗੇ। ਹਾਲਾਂਕਿ ਸਰਕਾਰੀ ਅਧਿਕਾਰੀਆਂ ਦੇ ਵੱਲੋਂ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਆਪਣੀ ਅੜੀ ਤੇ ਅੜੇ ਹੋਏ ਨੇ। ਇਹਨਾਂ ਦਾ ਸਾਫ ਸ਼ਬਦਾਂ ਦੇ ਵਿੱਚ ਕਹਿਣਾ ਹੈ ਕਿ ਜਦੋਂ ਤੱਕ ਗੈਸ ਫੈਕਟਰੀ ਬੰਦ ਨਹੀਂ ਹੁੰਦੀ ਇਹ ਆਪਣੀ ਵੋਟ ਨਹੀਂ ਪਾਉਣਗੇ। ਤਾਂ ਦੂਜੇ ਪਾਸੇ ਸਰਕਾਰੀ ਸਕੂਲ ਦੇ ਵਿੱਚ ਇੱਕਾ ਦੁੱਕਾ ਲੋਕ ਹੀ ਆਪਣੀ ਮਤ ਦਾ ਦਾਨ ਕਰਨ ਦੇ ਲਈ ਪਹੁੰਚੇ ਨੇ। ਮੁਲਾਜ਼ਮਾਂ ਦੇ ਕੋਲ ਕੋਈ ਵੀ ਵੋਟਰ ਵੋਟ ਪਾਉਣ ਦੇ ਲਈ ਨਹੀਂ ਆ ਰਿਹਾ। ਇੱਕ ਤਰੀਕੇ ਦੇ ਨਾਲ ਸਰਕਾਰੀ ਸਕੂਲ ਦੇ ਵਿੱਚ ਲੰਮੀਆਂ ਜਿੱਥੇ ਕਤਾਰਾਂ ਲੱਗੀਆਂ ਹੋਈਆਂ ਨੇ ਉੱਥੇ ਇਹ ਸਕੂਲ ਹੈ ਜਿੱਥੇ ਸੁੰਨ ਪਾਸਰੀ ਹੋਈ ਹੈ। ਖੰਨਾ ਦੇ ਆਸ ਪਾਸ ਦੇ ਇਹ ਪੰਜ ਪਿੰਡ ਨੇ ਜਿਨ੍ਹਾਂ ਦੇ ਵੱਲੋਂ ਲੋਕ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਹੋਇਆ। ਸਾਡੇ 10-12 ਪਿੰਡਾਂ ਨੂੰ ਵੈਸੇ ਪ੍ਰੋਬਲਮ ਸੀ ਇਸ ਫੈਕਟਰੀ ਤੋਂ, ਜਿਹਦੀ ਬਹੁਤ ਗੰਦੀ ਬਦਬੂ ਆਉਂਦੀ ਆ, ਤੇ ਅਸੀਂ ਅੱਜ 26 ਦਿਨ ਹੋ ਗਏ ਲਗਾਤਾਰ ਧਰਨੇ ਤੇ ਬੈਠਿਆਂ ਨੂੰ। ਅਸੀਂ ਇਹਦੇ ਰੋਸ ਵਜੋਂ ਚੋਣਾਂ ਦਾ ਬਾਈਕਾਟ ਕੀਤਾ ਕਿਉਂਕਿ ਨਾ ਸਾਡੇ ਕੋਲ ਕੋਈ ਸਰਕਾਰੀ ਅਧਿਕਾਰੀ ਪਹੁੰਚੇ ਨੇ, ਨਾ ਸਾਡੀ ਕਿਸੇ ਨੇ ਕੋਈ ਚੰਗੀ ਤਰ੍ਹਾਂ ਸੁਣਵਾਈ ਕੀਤੀ ਹੈ। ਦੇਖੋ ਜੀ, ਇਹ ਕੋਈ ਆਪਦਾ ਵੋਟ ਪਾਉਣ ਆਪਦਾ ਅਧਿਕਾਰ ਆ, ਅਤੇ ਅਸੀਂ ਸਮਝਾਇਆ ਸਾਡਾ ਜਿਹੜਾ ਫਰਜ਼ ਸੀਗਾ ਮੋਰਚੇ ਕੰਨੀ ਉਹ, ਅਤੇ ਜੇ ਇੱਕ ਦੋ ਬੰਦੇ ਪਾਏ ਆਏ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸਾਨੂੰ ਸਾਡੇ ਨਗਰ ਅਤੇ ਆਲੇ ਦੁਆਲੇ ਦੇ ਨਗਰਾਂ 'ਤੇ ਮਾਣ ਹੈ ਇਸ ਗੱਲ ਦਾ ਵੀ ਸਾਡੀ ਆਵਾਜ਼ ਹਰ ਘਰ ਤੱਕ, ਹਰ ਇਨਸਾਨ ਤੱਕ ਪਹੁੰਚੀ ਆ। ਹਰੇਕ ਨੂੰ ਇਹਦਾ ਤਕਲੀਫ ਸੀਗੀ, ਹਰੇਕ ਬੰਦੇ ਨੇ ਆਪਦਾ ਪ੍ਰੋਟੈਸਟ ਇਸ ਚੀਜ਼ ਦਾ ਕੀਤਾ ਵੀ ਮੈਨੂੰ ਤਕਲੀਫ ਆ, ਮੈਂ ਵੋਟਾਂ ਦਾ ਬਾਈਕਾਟ ਕਰੂੰ। ਔਰ ਸਾਡਾ 100% ਬਾਈਕਾਟ ਰਹੂਗਾ ਜੀ, 1-2-4 ਬੰਦੇ ਤਾਂ ਛੱਡੇ ਜਾ ਸਕਦੇ ਹੁੰਦੇ ਨੇ, ਉਹ ਕੋਈ ਚੱਕਰ ਨਹੀਂ। ਟੋਟਲ ਕਿਹੜੇ ਪਿੰਡ ਨੇ ਜਿਹੜਾ ਜਿਨ੍ਹਾਂ ਦੇ ਬਾਈਕਾਟ ਹੋਗਾ, ਕੀ ਨਾਮ ਹੈ? ਦੇਖੋ, ਇੱਕ ਤਾਂ ਸਾਡਾ ਪਹਿਲਾਂ ਮੋਢੀ ਨਗਰ ਹੈਗਾ ਘੁੰਗਰਾਲੀ ਰਾਜਪੂਤਾਂ ਜੀ, ਇਹਦੇ ਨਾਲ ਗਾਜੀਪੁਰ, ਬੀਡ ਕਿਸ਼ਨ ਸਿੰਘ ਵਾਲਾ, ਗੋਬਿੰਦਪੁਰਾ, ਨਵਾਂ ਪਿੰਡ ਜੀ, ਗੱਗੜ ਮਾਜਰਾ, ਕਿਸ਼ਨਗੜ੍ਹ, ਮਹਿੰਦੀਪੁਰ, ਰਾਏਪੁਰ। ਅਸੀਂ ਇਹਨਾਂ ਸਾਹਮਣੇ ਮੰਗ ਰੱਖੀ ਆ ਵੀ ਜਿਹੜਾ ਸਾਡਾ ਮਸਲਾ ਸਾਡਾ ਧਰਨਾ ਫੈਕਟਰੀ ਦੇ ਖਿਲਾਫ ਆ, ਜਿਸ ਤਰ੍ਹਾਂ ਜੀਰਾ ਸ਼ਰਾਬ ਫੈਕਟਰੀ ਦੇ ਖਿਲਾਫ ਲੱਗਿਆ ਸੀ, ਉਹੀ ਪ੍ਰੋਬਲਮ ਸਾਨੂੰ ਆ ਜੋ ਉੱਥੇ ਦੇ ਲੋਕਾਂ ਨੂੰ ਸੀਗੀ। ਸਾਡਾ ਇਹੀ ਇਹਨਾਂ ਨੂੰ ਕਹਿਣਾ ਵੀ ਇਹ ਜ਼ਿਆਦਾ ਪੂਰੇ ਮਾਪਦੰਡਾਂ 'ਤੇ ਨਹੀਂ ਹੈਗੀ ਫੈਕਟਰੀ, ਇਹਨੂੰ ਬੰਦ ਕਰਾਇਆ ਜਾਵੇ, ਚਾਲੂ ਕਿਉਂ ਰੱਖੀ ਗਈ ਇੰਨਾ ਚਿਰ? ਹਾਂਜੀ, ਪਿੰਡ ਹੈਗੇ ਨੇ ਜੀ, ਦੇਖੋ ਘੁੰਗਰਾਲੀ ਹੋ ਗਿਆ, ਕਿਸ਼ਨਗੜ੍ਹ ਹੋ ਗਿਆ, ਗਾਜੀਪੁਰ ਹੋ ਗਿਆ, ਅਤੇ ਨਵਾਂ ਪਿੰਡ ਉੱਥੋਂ ਵੀ ਆ, ਅਤੇ ਇੱਕ ਰਾਏਪੁਰ। ਉਦੋਂ ਬਾਅਦ ਹੈਰਾਨੀ ਦੀ ਗੱਲ ਆ ਵੀ ਜਿਹੜਾ ਪਿੰਡਾਂ ਨੇ ਸਾਡੇ ਨਾਲ ਪਹਿਲਾਂ ਜਾਣੀ ਮਤਲਬ ਬਾਈਕਾਟ ਦਾ ਨਹੀਂ ਕਿਹਾ ਸੀ, ਉਹ ਪਿੰਡਾਂ ਦੇ ਵਿੱਚ ਵੀ ਇਸ ਟਾਈਮ ਬਾਈਕਾਟ ਦਾ ਹੰਗਾਰਾ ਆ ਰਿਹਾ। ਬਹੁਤ ਘੱਟ ਵੋਟ ਪੈ ਰਹੀ ਆ ਕਿਉਂਕਿ ਉਹ ਥੋੜ੍ਹਾ ਜਿਹਾ ਪਿੰਡ ਲੇਟ ਇਹ ਚੀਜ਼ ਨੂੰ ਤੁਰੇ ਨੇ ਕਿਉਂਕਿ ਹੁੰਦੇ ਆ ਪਾਰਟੀਆਂ ਦੇ ਆਪਦੇ ਮਸਲੇ। ਫੈਸਲਾ ਕਿਉਂ ਲੈਣਾ ਪਿਆ ਬਾਈਕਾਟ ਦਾ ਜੀ? ਵੀਰ ਜੀ, ਦੇਖੋ ਕੈਂਸਰ ਫੈਕਟਰੀ ਆ ਜੀ, ਸਾਡੇ ਇਹ ਖੇਤ ਵੀ ਖਰਾਬ ਕਰ ਰਹੀ ਆ ਅਤੇ ਹਵਾ ਦੂਸ਼ਿਤ ਕਰ ਰਹੀ ਆ ਅਤੇ ਪਾਣੀ, ਸਾਨੂੰ ਸਾਹ ਨਹੀਂ ਆਉਂਦਾ ਜਦੋਂ ਇਹਦੀ ਬਦਬੂ ਆਉਂਦੀ ਆ ਉੱਧਰ ਨੂੰ, ਗੈਸ ਦੀ ਸਮੈਲ ਆਉਂਦੀ ਆ ਗੰਦੀ, ਤਾਂ ਸਾਨੂੰ ਸਾਹ ਨਹੀਂ ਆਉਂਦਾ। ਪਿੰਡ ਸਾਡੇ ਬਜ਼ੁਰਗ ਬੜੇ ਔਖੇ ਨੇ, ਸਾਡੇ ਬੱਚੇ ਬੜੇ ਔਖੇ ਨੇ,
ਸਾਡੇ ਸਕੂਲ ਦੇ ਵਿੱਚ 3-4 ਜਵਾਕ ਬੇਹੋਸ਼ ਹੋ ਚੁੱਕੇ ਨੇ ਇਹਦੇ ਨਾਲ। ਤੁਹਾਡੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੋਟਾਂ ਨੂੰ ਲੈ ਕੇ ਪਹਿਲਾਂ ਕੋਈ ਆਇਆ ਨਹੀਂ ਵੀ ਜਿਹੜਾ ਤੁਸੀਂ ਬਾਈਕਾਟ ਕਰੇ ਨਾ ਕਰੋ ਇਹਨਾਂ ਨੂੰ? ਹਾਂਜੀ ਆਉਂਦੇ ਰਹੇ ਆ ਜੀ, ਅਸੀਂ ਉਹਨਾਂ ਨਾਲ ਇੱਕੋ ਮੰਗ ਰੱਖੀ ਸੀ ਵੀ ਇਹਨੂੰ ਜਿੰਦਾ ਲਾਓ, ਬੰਦ ਕਰੋ, ਅਸੀਂ ਵੋਟਾਂ ਪਾਉਣ ਨੂੰ ਤਿਆਰ। ਹਾਂਜੀ ਇਹ ਦੇਖਾਂਗੇ ਜੀ, ਇਹ ਜੇ ਸਾਡਾ ਕੋਈ ਨਹੀਂ ਹੋਊਗਾ ਤਾਂ ਅਸੀਂ ਫੈਸਲੇ ਲਵਾਂਗੇ, ਸਖ਼ਤ ਕਰਾਂਗੇ ਗਾਂ, ਜਿਵੇਂ ਸਾਡਾ ਪਿੰਡ ਅਤੇ ਸਾਡੇ ਆਲੇ ਦੁਆਲੇ ਦੇ ਨਗਰ ਸਾਡੇ ਨਾਲ ਨੇ, ਜਿਹੜਾ ਉਹ ਫੈਸਲਾ ਲੈਣਗੇ ਜਾਂ ਕਹਿਣਗੇ ਅਸੀਂ ਕਰਾਂਗੇ, ਜਿਹੜਾ ਅੱਜ ਕਰਿਆ ਹੋ ਸਕਦਾ ਇਦੋਂ ਵੀ ਅਸੀਂ ਕੋਈ ਵੱਡਾ ਕਰੀਏ। ਇੱਕ ਤਾਂ ਇਹ ਕਾਫੀ ਦਿਨਾਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਫੈਕਟਰੀ ਵਾਲਿਆਂ ਦੇ ਖਿਲਾਫ, ਕਿਸਾਨ ਪਿੰਡਾਂ 4 ਪਿੰਡਾਂ ਕਿੰਨੀਆਂ ਚੱਲ ਰਿਹਾ ਹੈ ਆਪਣੇ, ਅਤੇ ਨਾਲ ਇਹ 'ਚ ਕਿਸਾਨ ਯੂਨੀਅਨ ਦਾ ਸਹਿਯੋਗ ਹੈ, ਅਤੇ ਇਹਦੇ ਵਾਸਤੇ ਮੈਂ ਇਹਨਾਂ ਕੋਲ ਆਇਆ ਸੀ ਕਿ ਇਹਨਾਂ ਨੇ ਇਲੈਕਸ਼ਨ ਦਾ ਬਾਈਕਾਟ ਕੀਤਾ ਹੋਇਆ ਸੀਗਾ, ਉਹਦੇ 'ਚ ਬੇਨਤੀ ਕਰਨ ਆਇਆ ਸੀਗਾ, ਅਤੇ ਇੱਕ ਜਿਹੜੀਆਂ ਇਹਨਾਂ ਦੀਆਂ ਡਿਮਾਂਡਸ ਹੈ ਉਹਦੇ ਸੰਬੰਧੀ ਅਸੀਂ ਆਪਣੇ ਪੋਲਿਊਸ਼ਨ SDO ਪੋਲਿਊਸ਼ਨ ਬੋਰਡ ਤੋਂ ਜਾਂਚ ਕਰਵਾਈ ਸੀਗੀ, ਉਹਦੀ ਰਿਪੋਰਟ ਇਹਨਾਂ ਨੂੰ ਦੇ ਦਿੱਤੀ ਸੀਗੀ, ਉਹਦੇ 'ਚ ਜੇ ਮਤਲਬ ਜਿਹੜੇ ਇਹਨਾਂ ਨੂੰ ਲੱਗਦਾ ਵੀ ਠੀਕ ਹੋਈ ਹੈ ਜਾਂਚ ਜਾਂ ਨਹੀਂ ਹੋਈ, ਇੱਕ ਉਹ ਮੈਂ ਇਹਨਾਂ ਨਾਲ ਡਿਸਕਸ ਕਰਨਾ ਆਇਆ ਸੀ। ਦੇਖੋ ਇਹ ਤਾਂ ਇਹਨਾਂ 'ਤੇ ਹੈ ਜੇ ਇਹਨਾਂ ਨੂੰ ਲੱਗਦਾ, ਕਿਉਂਕਿ ਜਿਹੜੇ ਇਹਨਾਂ ਦੇ ਹੱਕ ਨੇ ਜਾਂ ਇਹਨਾਂ ਦਾ ਜਿਹੜਾ ਰੋਸ ਹੈ ਜੇ ਕਿਸੇ ਚੀਜ਼ 'ਤੇ ਹੈਗਾ, ਉਹ ਵੀ ਇਹਨਾਂ ਦਾ ਹੱਕ ਹੈ, ਜਮਹੂਰੀ ਹੱਕ ਹੈ ਵੀ ਜੇ ਕਿਸੇ 'ਤੇ ਇਤਰਾਜ਼ ਕਰਨਾ ਤਾਂ। ਨਹੀਂ ਵੈਸੇ ਮੈਂ ਲਗਾਤਾਰ 1 ਮਹੀਨੇ ਤੋਂ ਹੀ ਐਫਰਟ ਕਰ ਰਿਹਾ ਸੀ, ਉਹਦੇ ਸੰਬੰਧੀ 'ਚ ਅਸੀਂ ਪਿਛਲੇ 21 ਤਰੀਕ ਨੂੰ ਰਿਪੋਰਟ ਵੀ ਭੇਜ ਦਿੱਤੀ ਸੀ ਪੋਲਿਊਸ਼ਨ ਬੋਰਡ ਦੇ SDO ਨੇ ਸਾਨੂੰ ਦਿੱਤੀ ਸੀ, ਫੈਕਟਰੀ ਦੇ ਖਿਲਾਫ ਜਿਹੜੇ ਨੇ ਨੋਰਮ ਨਹੀਂ ਜਿਹੜੇ ਪੂਰੇ ਕੀਤੇ ਸੀ ਉਹਨਾਂ ਨੇ, ਉਹਦੀ ਅਸੀਂ DC ਨੂੰ ਰਿਪੋਰਟ ਵੀ ਭੇਜ ਦਿੱਤੀ ਹੈ, ਉਹਦੀ ਕਾਪੀ ਵੀ ਇਹਨਾਂ ਨੂੰ ਦੇ ਦਿੱਤੀ ਸੀ। ਹੁਣ ਤੁਹਾਡੀ ਇਹਨਾਂ ਨਾਲ ਗੱਲ ਹੋਈ ਕੋਈ ਵੋਟ ਪਾਉਣ ਨੂੰ ਲੈ ਕੇ, ਜਿਵੇਂ ਕਿ ਜਮਾਂ 0% ਦੀ ਜਿਹੜੀ ਹੈ?